ਅਗਲੀਆਂ ਖਬਰਾਂ ਵੱਲ ਜੀ ਚੱਲੀਏ। ਨਿਊਯਾਰਕ ਟਾਈਮ ਨੇ ਅੱਜ ਰਿਪੋਰਟ ਕੀਤਾ ਹੈ ਕਿ 96 ਮਿਲੀਅਨ ਡਾਲਰ ਲਾ ਕੇ ਵਨ ਆਫ ਦਾ ਲਾਰਜੈਸਟ ਹਿੰਦੂ ਟੈਂਪਲ ਨਿਊ ਜਰਸੀ ਦੇ ਵਿੱਚ ਓਪਨ ਹੋਇਆ ਹੈਗਾ। ਵੈਸਟਰਨ ਹੈਮੀਸਫੀਅਰ ਦੇ ਵਿੱਚ ਸਭ ਤੋਂ ਵੱਡਾ ਇਹ ਮੰਦਿਰ ਹੈਗਾ, ਪਰ ਇਹ ਕੰਟਰੋਵਰਸੀ ਤੋਂ ਬਿਨਾਂ ਵੀ ਨਹੀਂ ਰਿਹਾ। ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਪਈ ਇਹ 2021 ਦੇ ਵਿੱਚ ਫੈਡਰਲ ਲਾ ਇਨਫੋਰਸਮੈਂਟ ਏਜੰਟਸ ਨੇ ਇਸ ਨੂੰ ਰੇਡ ਕੀਤਾ ਸੀ ਕੰਸਟਰਕਸ਼ਨ ਸਾਈਟ ਦੇ ਉੱਤੇ। ਇਹ ਤੇ ਵਰਕਰਸ ਨੇ ਅਕਿਊਜ਼ ਕੀਤਾ ਸੀ ਵੀ ਜਿਹੜੇ ਬਿਲਡਰਸ ਹੈਗੇ ਆ ਉਹ ਪ੍ਰੋਮੀਨੈਂਟ ਹਿੰਦੂ ਸੈਕਟ ਨੂੰ ਬਿਲੋਂਗ ਕਰਦੇ ਆ, ਜਿਨ੍ਹਾਂ ਦੇ ਟਾਈਜ਼ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਨਾਲ ਹੈਗੀਆਂ ਆ, ਜੋ ਰੂਲਿੰਗ ਪਾਰਟੀ ਆ। ਤੇ ਇਹਦੇ ਉੱਤੇ ਚਾਰਜਸ ਲੱਗੇ ਸੀ ਭਈ ਫੋਰਸਡ ਲੇਬਰ, ਲੋ ਵੇਜਸ ਤੇ ਪੂਅਰ ਵਰਕਿੰਗ ਕੰਡੀਸ਼ਨਸ ਹੈਗੀਆਂ ਆ। ਤੇ ਉਹਨਾਂ ਦੇ ਵਕੀਲਾਂ ਨੇ ਇਹ ਕਿਹਾ ਸੀ ਬਹੁਤ ਸਾਰੇ ਜਿਹੜੇ ਵਰਕਰ ਆ ਉਹ ਦਲਿਤ ਸਮਾਜ ਨੂੰ ਬਿਲੋਂਗ ਕਰਦੇ ਆ, ਲੋਐਸਟ ਰੰਗ ਇਨ ਦਾ ਇੰਡੀਅਨ ਕਾਸਟ ਸਿਸਟਮ, ਤੇ ਉਹਨਾਂ ਨੂੰ ਸਪੈਸੀਫਿਕਲੀ ਟਾਰਗੇਟ ਕੀਤਾ ਗਿਆ ਸੀ। ਫੈਡਰਲ ਕ੍ਰਿਮੀਨਲ ਇਨਵੈਸਟੀਗੇਸ਼ਨ ਹਜੇ ਵੀ ਚੱਲ ਰਹੀ ਹੈਗੀ ਆ ਇਸ ਸੰਬੰਧ ਦੇ ਵਿੱਚ, ਨਿਊਯਾਰਕ ਟਾਈਮ ਦੇ ਮੁਤਾਬਕ। ਪਰ ਇਹ ਮੰਦਰ ਦੇ ਇੱਕ ਸਪੋਕਸਮੈਨ ਆ ਰੌਣਕ ਪਟੇਲ, ਉਹਨਾਂ ਨੇ ਇਹ ਕਿਹਾ ਵੀ ਵਰਕਰ ਜਿਹੜੇ ਆ USA ਦੇ ਵਿੱਚ ਐਜ਼ ਏ ਵਲੰਟੀਅਰ ਕੰਮ ਕਰਨ ਆਏ ਸੀ, ਨਾਟ ਐਜ਼ ਐਨ ਇੰਪਲਾਈਜ਼। ਕਹਿੰਦੇ ਵੀ ਜਿਹੜਾ ਵਲੰਟੀਅਰਿਜ਼ਮ ਆ ਇਹ ਹਿੰਦੂ ਧਰਮ ਦਾ ਫੇਥ, ਉਹਨਾਂ ਦਾ ਜਿਹੜਾ ਟ੍ਰੈਡੀਸ਼ਨ ਆ ਉਹਦਾ ਇੱਕ ਕੋਰ ਪਾਰਟ ਹੈਗਾ ਆ। ਇਹ ਏਡਾ ਵੱਡਾ ਮੰਦਰ ਆ ਵੀ 180 ਏਕੜ ਦੇ ਵਿੱਚ ਫੈਲਿਆ ਹੋਇਆ ਆ, 10,000 ਤੋਂ ਵੱਧ ਸਟੈਚੂ ਜਿਹੜੇ ਬੋਤੇ ਇਹਦੇ ਵਿੱਚ ਲੱਗੇ ਹੋਏ ਆ, ਕਈ 200-200 ਫੁੱਟ ਉੱਚੇ ਵੀ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਮੰਦਰ ਨੂੰ ਲੋਕ ਵਿਜ਼ਿਟ ਕਰਨ ਜਾਂਦੇ ਹੈਗੇ ਆ। ਬਚੋ ਸਵੰਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ, ਇਹ ਬੈਪਸ ਕਰਕੇ ਜਾਣੀ ਜਾਂਦੀ ਆ, ਇਹ ਇਸ ਨੂੰ ਰਨ ਕਰਦੇ ਹੈਗੇ ਆ। ਲੋਕ ਕਹਿੰਦੇ ਇਕੱਲਾ ਅਮਰੀਕਾ ਤੋਂ ਨਹੀਂ, ਇੰਡੀਆ ਤੋਂ, ਹੋਰ ਮੁਲਕਾਂ ਤੋਂ ਵੀ ਜੋ ਆ ਇਸ ਮੰਦਰ ਨੂੰ ਦੇਖਣ ਆ ਰਹੇ ਹੈਗੇ ਆ। ਤੇ ਮੰਦਰ ਦੇ ਜਿਹੜੇ ਉਹਨਾਂ ਦੇ ਮੇਨ ਔਰਗਨਾਈਜ਼ਰ ਆ, ਉਹਨਾਂ ਨੇ ਦੱਸਿਆ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਰੱਖੀਆਂ ਗਈਆਂ ਆ ਜਿਹਦੇ ਨਾਲ ਸਿੱਖ, ਹਿੰਦੂ, ਮੁਸਲਿਮ ਸਾਰਿਆਂ ਨੂੰ ਲੱਗੇ ਵੀ ਇਹ ਮੰਦਰ ਉਹਨਾਂ ਦਾ ਹੀ ਆ, ਤੇ ਲੋਕ ਉੱਥੇ ਵਿਜ਼ਿਟ ਕਰਨ ਆਉਂਦੇ ਆ। ਨਿਊ ਜਰਸੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਆ ਇਸ ਸਟੇਟ ਦੇ ਵਿੱਚ ਰਹਿੰਦੇ, ਲਗਭਗ 3% ਦੇ ਕਰੀਬ, ਇਹ ਪਿਊਰ ਰਿਸਰਚ ਸੈਂਟਰ ਨੇ ਦੱਸਿਆ ਆ। ਤੇ 4 ਲੱਖ ਦੇ ਕਰੀਬ ਹਿੰਦੂ ਨਿਊ ਜਰਸੀ ਦੇ ਵਿੱਚ ਰਹਿੰਦੇ ਆ, ਤੇ 4 ਲੱਖ ਦੇ ਕਰੀਬ ਨਿਊਯਾਰਕ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਸਾਰੀ ਜਿਹੜੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਨਿਊਯਾਰਕ ਟਾਈਮ 'ਚ ਅੱਜ ਛਪੀ ਹੈਗੀ ਆ। ਰੌਬਿਨਸਵਿਲ ਛੋਟਾ ਜਿਹਾ ਟਾਊਨ ਆ ਈਸਟ ਆਫ ਟ੍ਰੈਂਟਨ, ਉੱਥੇ ਇਹਨਾਂ ਨੇ ਕਿਹਾ ਆ ਵੀ ਇਸ ਮੰਦਰ ਦੇ ਨਾਲ 200 ਬੈੱਡ ਦਾ ਇੱਕ ਹੋਟਲ ਵੀ ਜਿਹੜਾ ਆ ਉਹ ਬਣ ਜਾ ਰਿਹਾ ਹੈਗਾ। ਅਗਲੀਆਂ ਖ਼ਬਰਾਂ ਵੱਲ ਚੱਲੀਏ। ਨਿਊਯਾਰਕ ਟਾਈਮ ਨੇ ਅੱਜ ਰਿਪੋਰਟ ਕੀਤਾ ਆ ਵੀ 96 ਮਿਲੀਅਨ ਡਾਲਰ ਲਾ ਕੇ ਵਨ ਆਫ ਦਾ ਲਾਰਜੈਸਟ ਹਿੰਦੂ ਟੈਂਪਲ ਨਿਊ ਜਰਸੀ ਦੇ ਵਿੱਚ ਓਪਨ ਹੋਇਆ ਹੈਗਾ। ਵੈਸਟਰਨ ਹੈਮੀਸਫੀਅਰ ਦੇ ਵਿੱਚ ਸਭ ਤੋਂ ਵੱਡਾ ਇਹ ਮੰਦਰ ਹੈਗਾ, ਪਰ ਇਹ ਕੰਟਰੋਵਰਸੀ ਤੋਂ ਬਿਨਾਂ ਵੀ ਨਹੀਂ ਰਿਹਾ। ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਪਈ ਇਹ 2021 ਦੇ ਵਿੱਚ ਫੈਡਰਲ ਲਾ ਇਨਫੋਰਸਮੈਂਟ ਏਜੰਟਸ ਨੇ ਇਸ ਨੂੰ ਰੇਡ ਕੀਤਾ ਸੀ ਕੰਸਟਰਕਸ਼ਨ ਸਾਈਟ ਦੇ ਉੱਤੇ। ਇਹ ਤੇ ਵਰਕਰਸ ਨੇ ਅਕਿਊਜ਼ ਕੀਤਾ ਸੀ ਵੀ ਜਿਹੜੇ ਬਿਲਡਰਸ ਹੈਗੇ ਆ ਉਹ ਪ੍ਰੋਮੀਨੈਂਟ ਹਿੰਦੂ ਸੈਕਟ ਨੂੰ ਬਿਲੋਂਗ ਕਰਦੇ ਆ, ਜਿਨ੍ਹਾਂ ਦੇ ਟਾਈਜ਼ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਨਾਲ ਹੈਗੀਆਂ ਆ, ਜੋ ਰੂਲਿੰਗ ਪਾਰਟੀ ਆ। ਤੇ ਇਹਦੇ ਉੱਤੇ ਚਾਰਜਸ ਲੱਗੇ ਸੀ ਭਈ ਫੋਰਸਡ ਲੇਬਰ, ਲੋ ਵੇਜਸ ਤੇ ਪੂਅਰ ਵਰਕਿੰਗ ਕੰਡੀਸ਼ਨਸ ਹੈਗੀਆਂ ਆ। ਤੇ ਉਹਨਾਂ ਦੇ ਵਕੀਲਾਂ ਨੇ ਇਹ ਕਿਹਾ ਸੀ ਬਹੁਤ ਸਾਰੇ ਜਿਹੜੇ ਵਰਕਰ ਆ ਉਹ ਦਲਿਤ ਸਮਾਜ ਨੂੰ ਬਿਲੋਂਗ ਕਰਦੇ ਆ, ਲੋਐਸਟ ਰੰਗ ਇਨ ਦਾ ਇੰਡੀਅਨ ਕਾਸਟ ਸਿਸਟਮ, ਤੇ ਉਹਨਾਂ ਨੂੰ ਸਪੈਸੀਫਿਕਲੀ ਟਾਰਗੇਟ ਕੀਤਾ ਗਿਆ ਸੀ। ਫੈਡਰਲ ਕ੍ਰਿਮੀਨਲ ਇਨਵੈਸਟੀਗੇਸ਼ਨ ਹਜੇ ਵੀ ਚੱਲ ਰਹੀ ਹੈਗੀ ਆ ਇਸ ਸੰਬੰਧ ਦੇ ਵਿੱਚ, ਨਿਊਯਾਰਕ ਟਾਈਮ ਦੇ ਮੁਤਾਬਕ। ਪਰ ਇਹ ਮੰਦਰ ਦੇ ਇੱਕ ਸਪੋਕਸਮੈਨ ਆ ਰੌਣਕ ਪਟੇਲ, ਉਹਨਾਂ ਨੇ ਇਹ ਕਿਹਾ ਵੀ ਵਰਕਰ ਜਿਹੜੇ ਆ USA ਦੇ ਵਿੱਚ ਐਜ਼ ਏ ਵਲੰਟੀਅਰ ਕੰਮ ਕਰਨ ਆਏ ਸੀ, ਨਾਟ ਐਜ਼ ਐਨ ਇੰਪਲਾਈਜ਼। ਕਹਿੰਦੇ ਵੀ ਜਿਹੜਾ ਵਲੰਟੀਅਰਿਜ਼ਮ ਆ ਇਹ ਹਿੰਦੂ ਧਰਮ ਦਾ ਫੇਥ, ਉਹਨਾਂ ਦਾ ਜਿਹੜਾ ਟ੍ਰੈਡੀਸ਼ਨ ਆ ਉਹਦਾ ਇੱਕ ਕੋਰ ਪਾਰਟ ਹੈਗਾ ਆ। ਇਹ ਏਡਾ ਵੱਡਾ ਮੰਦਰ ਆ ਵੀ 180 ਏਕੜ ਦੇ ਵਿੱਚ ਫੈਲਿਆ ਹੋਇਆ ਆ, 10,000 ਤੋਂ ਵੱਧ ਸਟੈਚੂ ਜਿਹੜੇ ਬੋਤੇ ਇਹਦੇ ਵਿੱਚ ਲੱਗੇ ਹੋਏ ਆ, ਕਈ 200-200 ਫੁੱਟ ਉੱਚੇ ਵੀ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਮੰਦਰ ਨੂੰ ਲੋਕ ਵਿਜ਼ਿਟ ਕਰਨ ਜਾਂਦੇ ਹੈਗੇ ਆ। ਬਚੋ ਸਵੰਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ, ਇਹ ਬੈਪਸ ਕਰਕੇ ਜਾਣੀ ਜਾਂਦੀ ਆ, ਇਹ ਇਸ ਨੂੰ ਰਨ ਕਰਦੇ ਹੈਗੇ ਆ। ਲੋਕ ਕਹਿੰਦੇ ਇਕੱਲਾ ਅਮਰੀਕਾ ਤੋਂ ਨਹੀਂ, ਇੰਡੀਆ ਤੋਂ, ਹੋਰ ਮੁਲਕਾਂ ਤੋਂ ਵੀ ਜੋ ਆ ਇਸ ਮੰਦਰ ਨੂੰ ਦੇਖਣ ਆ ਰਹੇ ਹੈਗੇ ਆ। ਤੇ ਮੰਦਰ ਦੇ ਜਿਹੜੇ ਉਹਨਾਂ ਦੇ ਮੇਨ ਔਰਗਨਾਈਜ਼ਰ ਆ
ਉਹਨਾਂ ਨੇ ਦੱਸਿਆ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਰੱਖੀਆਂ ਗਈਆਂ ਆ ਜਿਹਦੇ ਨਾਲ ਸਿੱਖ ਹਿੰਦੂ ਮੁਸਲਿਮ ਸਾਰਿਆਂ ਨੂੰ ਲੱਗੇ ਵੀ ਇਹ ਮੰਦਿਰ ਉਹਨਾਂ ਦਾ ਹੀ ਆ ਤੇ ਲੋਕ ਉੱਥੇ ਵਿਜ਼ਿਟ ਕਰਨ ਆਉਂਦੇ ਆ। ਨਿਊ ਜਰਸੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਆ ਇਸ ਸਟੇਟ ਦੇ ਵਿੱਚ ਰਹਿੰਦੇ, ਲਗਭਗ 3% ਦੇ ਕਰੀਬ, ਇਹ ਪਿਊ ਰਿਸਰਚ ਸੈਂਟਰ ਨੇ ਦੱਸਿਆ ਆ, ਤੇ 4 ਲੱਖ ਦੇ ਕਰੀਬ ਹਿੰਦੂ ਨਿਊ ਜਰਸੀ ਦੇ ਵਿੱਚ ਰਹਿੰਦੇ ਆ ਤੇ 4 ਲੱਖ ਦੇ ਕਰੀਬ ਨਿਊਯਾਰਕ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਸਾਰੀ ਜਿਹੜੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਨਿਊਯਾਰਕ ਟਾਈਮ 'ਚ ਅੱਜ ਛਪੀ ਹੈਗੀ ਆ। ਰੋਬਿਨਸਵਿਲ ਛੋਟਾ ਜਿਹਾ ਟਾਊਨ ਆ ਈਸਟ ਆਫ ਟ੍ਰੈਂਟਨ, ਉੱਥੇ ਇਹਨਾਂ ਨੇ ਕਿਹਾ ਆ ਵੀ ਇਸ ਮੰਦਿਰ ਦੇ ਨਾਲ 200 ਬੈੱਡ ਦਾ ਇੱਕ ਹੋਟਲ ਵੀ ਜਿਹੜਾ ਆ ਉਹ ਬਣਨ ਜਾ ਰਿਹਾ ਹੈਗਾ। ਜੀ